ਤਾਂ ਪਾਣੀ ਦੀ ਬੜੇ ਲੰਬੇ ਸਮੇਂ ਦੀ ਖਿਜਰਾਬਾਦ 'ਚ ਕਿੱਲਤ ਸੀ। ਕੂੜੇ ਦਾ ਪ੍ਰੋਜੈਕਟ ਲਾ ਰਹੇ ਹਾਂ ਅਤੇ 40 ਲੱਖ ਦੇ ਕੰਮ ਕਰਨ ਨੂੰ ਹੋਰ ਸ਼ੁਰੂ ਹੋ ਜਾਣੇ ਆ ਅਤੇ ਹੋਰ ਕੁਛ ਗੰਦਗੀ ਵਾਲੇ ਜਿਹੜੇ ਨਾਲੇ ਆ ਸੋ ਅਸੀਂ ਖਿਜਰਾਬਾਦ ਨੂੰ ਮਾਡਲ ਪਿੰਡ ਬਣਾਵਾਂਗੇ। ਖੁਸ਼ਖਬਰੀ ਹੈ ਜਿਹੜੀ ਆਉਣ ਵਾਲੇ ਦਿਨਾਂ 'ਚ ਮੈਂ ਦੇਣ ਜਾ ਰਹੀ ਹਾਂ। ਇੱਥੇ ਬਹੁਤ ਵੱਡਾ ਪ੍ਰੋਜੈਕਟ ਲੱਗ ਰਿਹਾ ਟੂਰਿਜ਼ਮ ਦਾ ਜਿਹੜਾ ਕਿ ਦੇਸ਼ ਭਰ 'ਚ ਮਸ਼ਹੂਰ ਆ। ਉਹਦਾ ਫਾਈਨਲ ਅਸੀਂ ਲਗਭਗ ਕਰ ਲਿਆ, 600 ਕਰੋੜ ਦਾ ਪ੍ਰੋਜੈਕਟ ਹੈ ਅਤੇ ਉਹਦੇ ਨਾਲ ਕੀ ਹੈ ਵੀ ਇੱਥੇ ਰੁਜ਼ਗਾਰ ਪੈਦਾ ਹੋ ਜਾਣਾ। ਕੋਈ ਕਰਪਸ਼ਨ ਦੀ ਉਮੀਦ ਨਾ ਕਰੇ ਇੱਥੇ, ਸਖ਼ਤ ਫੈਸਲੇ ਮੈਂ ਲੈਣੇ ਨੇ ਅਤੇ ਨਾ ਹੀ ਮੈਂ ਕਿਸੇ ਨੂੰ ਬਖਸ਼ਣਾ। 30 ਤੋਂ ਉੱਪਰ ਬੰਦੇ ਜੇਲ੍ਹ ਅੰਦਰ ਆ, ਲੱਗੀ ਹੋਈ ਹੈ ਸਰਕਾਰ ਆਪਣੇ ਵੱਲੋਂ ਲੱਗੀ ਹੋਈ। ਪੰਜਾਬ ਸਰਕਾਰ ਵੱਲੋਂ ਸੂਬੇ ਭਰ 'ਚ ਵੱਖ ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਅਤੇ ਇਸੇ ਦੇ ਚੱਲਦਿਆਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਵੀ ਖਿਦਰਾਬਾਦ 'ਚ ਟਿਊਬਲ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਜਿਹੇ ਕਈ ਪ੍ਰੋਜੈਕਟ ਲੈ ਕੇ ਆ ਰਹੀ ਹੈ ਅਤੇ ਨਾਲ ਹੀ ਉਹਨਾਂ ਦਾ ਕਹਿਣਾ ਕਿ ਟੂਰਿਜ਼ਮ ਨੂੰ ਲੈ ਕੇ ਵੀ ਉਹਨਾਂ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਅਤੇ ਦੇਸ਼ ਦਾ ਮਸ਼ਹੂਰ ਟੂਰਿਜ਼ਮ ਪ੍ਰੋਜੈਕਟ ਉਹ ਜਲਦ ਹੀ ਪੰਜਾਬ 'ਚ ਲਾਉਣ ਜਾ ਰਹੇ ਨੇ ਜਿਸ ਦੇ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਲੈ ਕੇ ਉਹਨਾਂ ਕਿਹਾ ਕਿ ਸਰਕਾਰ ਆਪਣਾ ਕੰਮ ਕਰ ਰਹੀ ਹੈ ਅਤੇ 30 ਦੇ ਕਰੀਬ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਅਤੇ ਜਲਦ ਹੀ ਪਰਿਵਾਰ ਨੂੰ ਇਨਸਾਫ਼ ਵੀ ਮਿਲੇਗਾ। ਹੋਰ ਕੀ ਕੁਛ ਕਿਹਾ ਤੁਸੀਂ ਖੁਦ ਹੀ ਸੁਣ ਲਵੋ। ਦੇਖੋ ਅਸੀਂ ਖਿਜਰਾਬਾਦ ਦੇ ਵਿੱਚ ਹਾਂ ਜੀ। ਇੱਥੇ ਟਿਊਬਵੈੱਲ ਆ, ਜਿਹੜਾ ਟਿਊਬਵੈੱਲ ਦਾ ਉਦਘਾਟਨ ਕੀਤਾ। ਪਾਣੀ ਦੀ ਬੜੇ ਲੰਬੇ ਸਮੇਂ ਦੀ ਖਿਜਰਾਬਾਦ 'ਚ ਕਿੱਲਤ ਸੀ। ਕੂੜੇ ਦਾ ਪ੍ਰੋਜੈਕਟ ਲਾ ਰਹੇ ਹਾਂ ਅਤੇ 40 ਲੱਖ ਦੇ ਕੰਮ ਕਰਨ ਨੂੰ ਹੋਰ ਸ਼ੁਰੂ ਹੋ ਜਾਣੇ ਆ ਅਤੇ ਹੋਰ ਕੁਛ ਗੰਦਗੀ ਵਾਲੇ ਜਿਹੜੇ ਨਾਲੇ ਆ ਸੋ ਅਸੀਂ ਖਿਜਰਾਬਾਦ ਨੂੰ ਮਾਡਲ ਪਿੰਡ ਬਣਾਵਾਂਗੇ। ਕੋਈ ਕਮੀ ਨਹੀਂ ਹੈ ਮੇਰੇ ਖਿਆਲ, ਜਿਵੇਂ ਉਹ ਦੱਸ ਰਹੇ ਸੀ ਕਿ 4th-5th ਵਾਰ ਮੈਂ ਇੱਥੇ ਆਈ ਹਾਂ ਅਤੇ ਲੋਕ ਇੱਥੇ ਵੱਡੀ ਗਿਣਤੀ 'ਚ ਰਹਿੰਦੇ ਨੇ ਜਿਹੜੇ ਮਿਹਨਤੀ ਲੋਕ ਨੇ। ਸੋ ਕੋਈ ਕੰਮ ਆ ਜਿਹੜਾ ਇੱਥੇ ਅਸੀਂ ਛੱਡਾਂਗੇ। ਨਹੀਂ ਇੱਦਾਂ ਨਹੀਂ ਹੈ ਜੀ, ਇਹ ਮੰਤਰੀ ਸਾਹਿਬ ਦੱਸ ਸਕਦੇ ਇਹਦੇ ਕੀ ਟਿਪ। ਟੂਰਿਸਟ ਮਹਿਕਮਾ ਤੁਹਾਡੇ ਕੋਲ ਹੈ ਜੀ, ਟੂਰਿਸਟ ਪਲੇਸ ਦੱਸਿਆ ਜਾ ਰਿਹਾ ਜੀ, ਪਿਛਲੀ 3 ਜਗ੍ਹਾ 'ਤੇ ਸਿਲੈਕਟ ਕੀਤੀਆਂ ਨੇ, ਕਿਹੜੀ ਕਿਹੜੀ ਜਗ੍ਹਾ ਦੇ ਵਿੱਚ ਹੁਣ ਤੁਹਾਡੇ ਹਲਕੇ 'ਚ ਮੰਗ ਜਾ ਰਹੇ? ਦੇਖੋ ਸਾਡਾ ਮਾਜਰੀ ਏਰੀਆ, ਸਾਡਾ ਨਿਊ ਚੰਡੀਗੜ੍ਹ ਏਰੀਆ, ਇਹ ਸਾਰਾ ਅਸੀਂ ਸਿਸਮਾ ਡੈਮ ਨੂੰ ਡਿਵੈਲਪ ਕਰ ਰਹੇ ਹਾਂ ਅਤੇ ਬੜੀ ਵੱਡੀ ਖੁਸ਼ਖਬਰੀ ਹੈ ਜਿਹੜੀ ਆਉਣ ਵਾਲੇ ਦਿਨਾਂ 'ਚ ਮੈਂ ਦੇਣ ਜਾ ਰਹੀ ਹਾਂ। ਇੱਥੇ ਬਹੁਤ ਵੱਡਾ ਪ੍ਰੋਜੈਕਟ ਲੱਗ ਰਿਹਾ ਟੂਰਿਜ਼ਮ ਦਾ ਜਿਹੜਾ ਕਿ ਦੇਸ਼ ਭਰ 'ਚ ਮਸ਼ਹੂਰ ਆ। ਉਹਦਾ ਫਾਈਨਲ ਅਸੀਂ ਲਗਭਗ ਕਰ ਲਿਆ, 600 ਕਰੋੜ ਦਾ ਪ੍ਰੋਜੈਕਟ ਹੈ ਅਤੇ ਉਹਦੇ ਨਾਲ ਕੀ ਹੈ ਵੀ ਇੱਥੇ ਰੁਜ਼ਗਾਰ ਪੈਦਾ ਹੋ ਜਾਣਾ, ਕਿਉਂਕਿ ਜਿਹੜੇ ਮਾਜਰੀ ਏਰੀਏ 'ਚ ਪਿੰਡ ਨੇ ਇੱਥੇ ਰੁਜ਼ਗਾਰ ਦੀ ਬਹੁਤ ਘਾਟ ਆ ਅਤੇ ਲੋਕਾਂ ਨੂੰ ਬੜੀ ਸਮੱਸਿਆ ਹੈ ਦੂਰ ਜਾਣ ਦੀ। ਸੋ ਵੱਡੇ ਪ੍ਰੋਜੈਕਟ ਆਉਂਦੇ ਆ ਤਾਂ ਏਰੀਏ ਦੀ ਡਿਵੈਲਪਮੈਂਟ ਵੀ ਆਪੇ ਹੋ ਜਾਂਦੀ ਹੈ ਅਤੇ ਟੂਰਿਜ਼ਮ ਦਾ ਅੱਛਾ ਪ੍ਰੋਜੈਕਟ ਆ ਜਿਹੜਾ ਬੜੀ ਜਲਦੀ ਮੈਂ ਅਨਾਊਂਸ ਕਰੂੰਗੀ। ਫਤਿਹਗੜ੍ਹ ਪਿੰਡ ਦੇ ਵਿੱਚ ਪਹਿਲਾਂ ਵਾਰੀ ਆਪਣੇ ਆਪ ਪੰਚਾਇਤ ਨੇ ਜਿਹੜੀ ਜ਼ਮੀਨ ਦਾ ਕਬਜ਼ਾ ਮੰਤਰੀ ਸਾਹਿਬ ਨੂੰ ਪਵਾ ਕੇ ਦਵਾਇਆ ਜੀ, ਕਿਵੇਂ ਦੇਖਣੀ ਸ਼ੁਰੂਆਤ ਹੋਈ ਹੈ? ਭਗਵੰਤ ਮਾਨ ਜੀ ਨੇ ਸ਼ੁਰੂਆਤ ਕੀਤੀ ਸੀ ਕਿ ਹਾਂ ਅਪੀਲ ਕੀਤੀ ਸੀ ਤਾਂ ਲੋਕਾਂ ਨੇ ਮੰਨੀ? ਦੇਖੋ ਜਿਹੜੀ ਵੀ ਕੋਈ ਨਜਾਇਜ਼ ਕਬਜ਼ੇ ਉਹ ਛੱਡ ਦੇਣੇ ਚਾਹੀਦੇ ਨੇ, ਲੋਕਾਂ ਦੀਆਂ ਜ਼ਮੀਨਾਂ ਨੇ ਅਤੇ ਪੁਰਾਣੀਆਂ ਸਰਕਾਰਾਂ 'ਚ ਇਹ ਕੰਮ ਚੱਲਦਾ ਰਿਹਾ ਪਰ ਸਾਡੀ ਸਰਕਾਰ ਦੇ ਵਿੱਚ ਇਹ ਨਹੀਂ ਦੇਖਿਆ ਜਾਊਗਾ। ਬਾਕੀ ਹਲਕਾ ਖਰੜ ਦੇ ਵਿੱਚ ਜਿੱਥੇ ਵੀ ਕਿਤੇ ਆ, ਮੈਂ ਨਿਕਲੀ ਹੋਈ ਹਾਂ ਹੁਣ ਗਰਾਊਂਡ ਲੈਵਲ ਉੱਤੇ ਹੀ ਅਤੇ ਜਿੱਥੇ ਵੀ ਕਿਤੇ ਮੈਨੂੰ ਦਿਖਦਾ ਅਸੀਂ ਜਾ ਕੇ ਦੇਖ ਰਹੇ ਹਾਂ ਵੀ ਕਿਤੇ ਕੋਈ ਗੜਬੜ ਚੱਲ ਰਹੀ ਹੈ, ਕੁਛ ਵੀ ਚੱਲ ਰਿਹਾ ਅਤੇ ਕੋਈ ਕਰਪਸ਼ਨ ਦੀ ਉਮੀਦ ਨਾ ਕਰੇ ਇੱਥੇ। ਸਖ਼ਤ ਫੈਸਲੇ ਮੈਂ ਲੈਣੇ ਨੇ ਅਤੇ ਨਾ ਹੀ ਮੈਂ ਕਿਸੇ ਨੂੰ ਬਖਸ਼ਣਾ ਜਿਹੜਾ ਵੀ ਗੱਲ ਕੀਤੀ ਸੀ ਕਿ ਹੋਟਲਾਂ ਦੇ ਵੀ ਜਾਂ ਫਾਰਮ ਹਾਊਸ ਦੇ ਵੀ ਅਸੀਂ ਘੜਾਵਾਂਗੇ, ਕੋਈ ਰਿਕਾਰਡ ਘੜਾ ਰਹੇ ਹਾਂ ਤਾਂ ਕਿਹੜੇ ਕਿਹੜਿਆਂ ਦਾ ਨੰਬਰ ਲੱਗ ਰਿਹਾ ਜੀ ਵੀ ਤੁਹਾਡੇ ਹਲਕੇ ਦੇ ਵਿੱਚ ਜ਼ਿਆਦਾ ਫਾਰਮ ਹਾਊਸ ਇੱਥੇ ਨੇ? ਦੇਖੋ ਜੇ ਕੋਈ ਗਲਤ ਹੈ ਤਾਂ ਉਹਨਾਂ 'ਤੇ, ਨਾ ਕਿ ਸਾਰੇ ਗਲਤ ਹੁੰਦੇ ਆ। ਸਾਰਿਆਂ ਦੇ ਇੱਥੇ ਸਾਰਾ ਕੁਝ ਬਣਨਾ ਚਾਹੀਦਾ ਪੰਜਾਬ ਦੇ ਵਿੱਚ। ਜਿੱਥੇ ਕਿਤੇ ਕਿਸੇ ਦਾ ਕੋਈ ਗਲਤ ਆ, ਕੋਈ ਕਾਨੂੰਨੀ ਤੌਰ ਉੱਤੇ ਠੀਕ ਨਹੀਂ ਆ, ਰੂਲ ਐਂਡ ਰੈਗੂਲੇਸ਼ਨ ਅਕੋਰਡਿੰਗ ਠੀਕ ਨਹੀਂ ਆ, ਤਾਂ ਬਣਦੀ ਕਾਰਵਾਈ ਹਰ ਇੱਕ 'ਤੇ ਕੀਤੀ ਜਾਊਗੀ। ਵੀਰ ਜੀ 30 ਤੋਂ ਉੱਪਰ ਬੰਦੇ ਜੇਲ੍ਹ ਅੰਦਰ ਆ, ਲੱਗੀ ਹੋਈ ਹੈ ਸਰਕਾਰ ਆਪਣੇ ਵੱਲੋਂ ਲੱਗੀ। ਕੇਂਦਰ ਵੱਲੋਂ ਇੱਕ ਜਿਹੜਾ ਦਿੱਲੀ ਦੇ ਵਿੱਚ ਨਵਾਂ ਬਿੱਲ ਲੈ ਕੇ ਆ ਰਹੇ ਨੇ, ਕੇਜਰੀਵਾਲ ਜੀ ਵਿਰੋਧ ਕਰ ਰਹੇ ਨੇ, ਮਮਤਾ ਬੈਨਰਜੀ ਨੇ ਸਾਥ ਮਿਲ ਗਿਆ ਤੁਹਾਡੀ ਪਾਰਟੀ ਨੂੰ, ਤਾਂ ਕਿਵੇਂ ਦੇਖਦੇ ਕਿ ਹੁਣ ਆਉਣ ਵਾਲੇ ਦਿਨਾਂ 'ਚ ਕਿਸ ਤਰੀਕੇ ਦਾ ਵਿਰੋਧ ਕੇਂਦਰ ਦੇ ਖਿਲਾਫ ਉੱਠ ਰਿਹਾ? ਦੇਖੋ ਕੇਂਦਰ ਸਰਕਾਰ ਨੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਵੀ ਜਦੋਂ ਆਮ ਲੋਕਾਂ ਦੀ ਕਿਤੇ ਸਰਕਾਰ ਬਣ ਜਾਵੇ ਉਹਨੂੰ ਦਬਾਇਆ ਜਾਵੇ ਜਿੱਥੇ ਵਿਕਾਸ ਹੋ ਰਿਹਾ ਹੋਵੇ, ਕਿਉਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਏਜੰਡਾ ਉਹ ਡਿਵੈਲਪਮੈਂਟ ਆ। ਤੁਸੀਂ ਆਪ ਹੀ ਦੇਖ ਰਹੇ ਹੋ, ਤੁਹਾਡੀ ਇੱਥੇ MLA ਆ ਮੈਂ, ਹੈ ਨਾ, ਮਿਹਨਤ ਕਰੀ ਦੀ ਆ, ਹੁਣ ਹੋਰ ਕਰਾਂਗੇ, ਜਿੱਥੇ ਕਿਤੇ ਕਮੀ ਰਹਿ ਗਈ ਉਹਨੂੰ ਵੀ ਦੂਰ ਕਰਾਂਗੇ, ਹੋਰ ਮੈਨੂੰ ਮਿਹਨਤ ਕਰਨ ਦੀ ਲੋੜ ਆ ਜ਼ਿਆਦਾ। ਅਤੇ
दिल्ली तुसी देखो भी सारा जिहड़े अधिकार सी पावर सी वो दिल्ली सरकार नूं अरविंद केजरीवाल जी नूं देतियां सुप्रीम कोर्ट ने ते केंद्र सरकार सुप्रीम कोर्ट के फैसले नूं नकार के कह रही है कि नहीं ये अधिकार साढ़े कोल रहणगे क्योंकि ऑलरेडी बिना अधिकारां तो जे दिल्ली सरकार इन्नी डिवेलपमेंट करवा सकती है लगातार सरकार बनाई है तो अधिकार आ गए तो तरक्की बहुत ज़्यादा हो जानी है उहदे नाल जिहड़ी लहर है ना फिर पूरे देश च उठती है। सो ये केंद्र दीयां सरकारां जिहड़ियां गलत तरीके की राजनीति करदियां ने इन्हां नूं आदतां गलत पईयां होईयां ने पर ये लोकतंत्र है लोग वोटां पाउंदे ने लोग बना भी देंदे इत्थे ला भी देंदे आ। मैं तो देखो सिंपल गल आ भी जे कोई काम ना करे उहनूं बदलो कोई भी है चाहे जो तुसी गल्लां बातां नाल ही वोटां पाई जांदे हो तो उन्हां नूं आदत पै जांदी है भी कम करना नहीं है जिहड़ा भी लीडर तुहानूं लगे कम कर रहा है सिस्टम ठीक कर रहा है उहदे नाल खड़ो अदरवाइज जिद्दण लोग सरकारां नूं सिस्टम नूं बदलन लग गए आप हुण दो सरकारां बदलियां ने ऑटोमैटिक ही नवीं सरकार दे विच जोश है नौजवानां दी सरकार आ भी कम करना ਤੇ ਉਹਦੇ ਨਾਲ ਬੜਾ ਫਰਕ ਪੈਂਦਾ ਤੇ ਕਾਂਡਾ ਕਾਂਡਾ ਮਸੂਲ ਵਾਲੇ ਪੁੱਲ ਤੁਸੀਂ ਨੀਂਹ ਪੱਥਰ ਰੱਖਣ ਵਾਸਤੇ ਗੱਲ ਕਰ ਰਹੇ ਸੀ ਜਿਹਨੇ ਮੇਰੇ ਖਿਆਲ ਪੋਸਟ ਪਾਈ ਸੀ ਤਾਂ ਕਦੋਂ ਉਹਨਾਂ ਦਾ ਨੀਂਹ ਪੱਥਰ ਰੱਖਿਆ ਜਾਵੇ ਉਹਨਾਂ ਦਾ ਸਾਰਾ ਪਾਸ ਹੋ ਚੁੱਕਿਆ ਉਹਨਾਂ ਦਾ ਸਾਰਾ ਜਿਹੜਾ ਨੀਂਹ ਪੱਥਰ ਆ ਉਹ ਜਲਦੀ ਉਹਨਾਂ ਦਾ ਕੰਮ ਸ਼ੁਰੂ ਕਰਾਂਗੇ ਪੁੱਲ ਮੇਰੇ ਖਿਆਲ ਦੇ ਵਿੱਚ 12 ਕਰੋੜ ਦੇ ਪੁੱਲ ਆ ਜਿਹੜੇ ਪਾਸ ਹੋ ਗਏ ਨੇ ਤੇ ਖਰੜ ਸ਼ਹਿਰ ਦੀ ਗੱਲ ਕਰਾਂ ਤੇ ਅਸੀਂ 45 ਕਰੋੜ ਰੁਪਇਆ ਜਿਹੜਾ ਪਿਛਲੇ ਦਿਨੀ ਪਿਛਲੇ ਹਫ਼ਤੇ 'ਚ ਅਸੀਂ ਪਾਸ ਕਰਵਾਇਆ ਉਹਦਾ ਵੀ ਜਿਹੜਾ ਵਿਕਾਸ ਕਾਰਜ ਉਹ ਸ਼ੁਰੂ ਹੋ ਜਾਣੇ ਆ ਟਿਊਬਵੈਲ ਸਾਰੇ ਪਾਸ ਹੋ ਗਏ ਆ ਸਾਡਾ ਜਿਹੜਾ ਕਜੌਲੀ ਵਾਟਰ ਦਾ ਮੁੱਦਾ ਸੀ ਉਹਦਾ ਵੀ ਨਹਿਰੀ ਪਾਣੀ ਹੋਰ ਸਾਲ ਤੱਕ ਖਰੜ 'ਚ ਪਾਣੀ ਦਿੱਕਤ ਖਤਮ ਹੋ ਜਾਣੀ ਹੈ ਥੋੜ੍ਹਾ ਟਾਈਮ ਲੱਗਦਾ ਮੈਂ ਜਾ ਕੇ ਉੱਥੇ ਦੇਖ ਨਹੀਂ ਰੋਡਸ ਦਾ ਸਾਰਿਆਂ ਦਾ ਕਰ ਰਹੇ ਹਾਂ ਅਸੀਂ ਰੋਡ ਸਾਰੇ ਅਸੀਂ ਪਾ ਕੇ ਉੱਪਰ ਭੇਜੇ ਹੋਏ ਨੇ ਅਤੇ ਰੋਡਾਂ ਦਾ ਮਸਲਾ ਅਸੀਂ ਹੱਲ ਕਰ ਲਵਾਂਗੇ ਜਲਦੀ ਜਿੱਥੇ ਵੀ ਜਿੱਦਾਂ ਇੱਥੇ ਚਟੌਲੀ ਰੋਡ ਦੀ ਵੀ ਡਿਮਾਂਡ ਆ ਇੱਥੇ ਖਿਜ ਲੋਕ ਬੈਠੇ ਆ ਉਹ ਜਲਦੀ ਮੈਂ ਪਾ ਕੇ ਸਾਰਾ ਉੱਪਰ ਭੇਜਿਆ ਹੋਇਆ ਪੂਰਾ ਆਪਣੇ ਵੱਲੋਂ ਲਾ ਰਹੇ ਹਾਂ ਜਲਦੀ ਜਦੋਂ ਸਾਰੇ ਰੋਡ ਆਏ ਪੰਜਾਬ ਦੇ ਇਹ ਰੋਡ ਵੀ ਆਪਣਾ ਪਾਸ ਥੈਂਕ ਯੂ।